ਮਹਲਾ ਪੰਥੀ ਤੋਂ ਧਰਤੀ ਨੂੰ ਲਾਲ ਫੁਲਾਮ ਕਰਦੇ ਹਾਂ ਅਤੇ ਮਲੇਰਕੋਟਲਾ ਦੀ ਧਰਤੀ ਨੂੰ ਇਸੇ ਕਰਕੇ ਚੁਣਿਆ ਸੀ ਅਸੀਂ ਕਿ ਜਦੋਂ ਛੋਟੇ ਸਾਹਿਬਜ਼ਾਦੇ ਮਸੂਮ ਜਿੰਦਾਂ ਜਿਨ੍ਹਾਂ ਨੂੰ ਮਲੇਰਕੋਟਲਾ ਦੇ ਨਵਾਬ ਨੂੰ ਉਦੋਂ ਦੇ ਮੁਗਲ ਨੇ ਕਿਹਾ ਕਿ ਬੱਚੋ ਕੀ ਸਜ਼ਾ ਦੇਈਏ, ਤਾਂ ਮਲੇਰਕੋਟਲਾ ਦੇ ਸ਼ਾਹੀ ਨਵਾਬ ਨੇ ਕਿਹਾ ਇਹ ਬੇਕਸੂਰ ਹੈ, ਇਹਨਾਂ ਨੂੰ ਛੱਡ ਦੇਣਾ ਚਾਹੀਦਾ। ਉਹ ਨਾਰਾ ਜੇ ਮਲੇਰਕੋਟਲਾ ਦੀ ਧਰਤੀ ਤੋਂ ਉਦੋਂ ਸੱਚ ਦੇ ਲਈ ਵੱਜਿਆ ਅਤੇ ਅੱਜ ਜੇ ਹਿੰਦੂ ਆ ਮੋਦੀ ਸਰਕਾਰ ਨੇ ਇਹ ਜਿਹੜਾ ਨਾਗਰਿਕਤਾ ਸੋਧ ਕਾਨੂੰਨ NRC ਵਗੈਰਾ ਕਾਨੂੰਨ ਸਭ ਤੋਂ ਪਹਿਲਾਂ ਜੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ, ਅੱਜ ਉਹ ਹਾਂ ਦਾ ਨਾਰਾ ਮਾਰਨਾ ਆ ਅਤੇ ਆਪਣਾ ਫਰਜ਼ ਸਮਝਦੇ ਹਾਂ ਕਿ ਭਾਈ ਭਾਈ ਦੇ ਨਾਲ ਲੈਣ ਨਹੀਂ ਦੇਣਾ। ਇੱਕ ਕਿਸੇ ਸ਼ਾਇਰ ਨੇ ਲਿਖਿਆ ਭਰਨਾ ਰਾਹੀ ਕਟਾ ਵੱਡੀ ਦੀਆਂ ਸੁੰਨੀਆਂ ਥਾਵਾਂ ਦੇ ਆਪੋ ਵਿੱਚ ਲੜਵਾ ਤੇ ਗੱਭਰੂ ਪੁੱਤਰ ਮਾਵਾਂ ਦੇ। ਉਹ ਸੰਨ 47 ਵੇਲੇ ਭਾਈ ਨਾ ਭਾਈ ਲੜਾਇਆ, ਖੂਨ ਖਰਾਬਾ ਹੋਇਆ, ਤਾਂ ਅੱਜ ਫਿਰ ਮੋਦੀ ਤੇ ਸਾਰੀ ਜੋੜੀ ਤੇ ਜਿਹਦੇ ਨਾਲ RSS ਇਹ ਉਹਨਾਂ ਤੋਂ ਫੈਸਲੇ ਕਰਵਾ ਕੇ ਅੱਜ ਹਿੰਦੂ ਤੇ ਔਰ ਮੁਸਲਮਾਨਾਂ ਦਾ ਕਹਾਣ ਕਰਾਉਣ ਤੇ ਲੱਗੀ ਹੋਈ ਆ। ਸਾਨੂੰ ਉਹ ਦਿਨ ਵੀ ਯਾਦ ਹੈ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਮੋਦੀ ਤੇ ਗੁਜਰਾਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਜੋ ਕੁਝ ਗੁਜਰਾਤ ਦੇ ਵਿੱਚ ਕਰਵਾਇਆ ਉਹ ਕੁਝ ਪੂਰੇ ਹਿੰਦੁਸਤਾਨ ਦੇ ਵਿੱਚ ਕਰਵਾਉਣ ਜਾ ਰਹੇ ਆ। ਇਹ ਕਾਨੂੰਨਾਂ ਦਾ ਸਹਾਰਾ ਲੈ ਕੇ ਇਹ ਭਾਈ ਦੇ ਭਾਈ ਨੂੰ ਮਰਵਾਉਣ ਦੀਆਂ ਜਿਹੜੀਆਂ ਗੱਲਾਂ ਕਰਦੇ ਆ ਇਹ ਬਰਦਾਸ਼ਤ ਨਹੀਂ ਹੋਣਗੀਆਂ। ਇਸ ਕਰਕੇ ਇਸ ਉਦੇਸ਼ ਨੂੰ ਲੈ ਕੇ ਮਲੇਰਕੋਟਲਾ ਦੀ ਧਰਤੀ ਤੇ ਆਇਆ ਤੇ ਮੁਸਲਮਾਨ ਭਾਈਚਾਰਾ ਨਿਰਾਸ਼ ਨਹੀਂ ਹੋਣਾ, ਡਰਨਾ ਨਹੀਂ ਇਹਨਾਂ ਕਾਨੂੰਨਾਂ ਤੋਂ। ਤੁਸੀਂ ਇਕੱਲੇ ਨਹੀਂ ਹੋ, ਅਸੀਂ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਲੋਕ ਤੁਹਾਡੇ ਨਾਲ ਹਾਂ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹਦੇ ਮੁੱਖ ਬੰਦ ਦੇ ਵਿੱਚ ਲਿਖਿਆ ਹੋਇਆ ਕਿ ਬਹੁ ਧਰਮੀ ਤੇ ਬਹੁ ਕੌਮੀ ਮੁਲਕ ਹੈ, ਜਿਵੇਂ ਅੱਜ ਮੋਦੀ ਹਕੂਮਤ ਵੰਡਣਾ ਚਾਹੁੰਦੀ ਹੈ। ਤੇ ਮੈਂ ਪੁੱਛਣਾ ਚਾਹੁੰਦਾ ਕਿ ਸੰਵਿਧਾਨ ਦੇ ਰੱਖੋ, ਤੁਸੀਂ ਸੰਵਿਧਾਨ ਦੀ ਉਲੰਘਣਾ ਕਰ ਰਹੇ ਹੋ ਤੇ ਜੋ ਉਹਦੇ ਵਿੱਚ ਜਮਹੂਰੀਅਤ ਜੋ ਉਹਦੇ ਵਿੱਚ ਲੋਕਤੰਤਰ ਜਿਹੋ ਜਿਹਾ ਵੀ ਹੈ ਉਹਨੂੰ ਵੀ ਤੁਸੀਂ ਪਾੜ ਕੇ ਤੁਸੀਂ ਇੱਥੇ ਕੀ ਤਾਨਾ ਸ਼ਾਹੀ ਨਹੀਂ ਲਾਗੂ ਕਰ ਰਹੇ। ਇਕੱਲੀ ਤਾਨਾ ਸ਼ਾਹੀ ਨਹੀਂ, ਤਾਨਾ ਸ਼ਾਹੀ ਤੋਂ ਅੱਗੇ ਤੁਸੀਂ ਹਿਟਲਰ ਸ਼ਾਹੀ ਲਾਗੂ ਕਰਨ ਜਾ ਰਹੇ ਹੋ, ਇਹ ਬਰਦਾਸ਼ਤ ਨਹੀਂ ਹੋਵਾਂਗੇ। ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਮੰਚ ਤੇ ਇਕੱਠਾ ਕਰਾਂਗੇ, ਇਹ ਤਹੀਆ ਲੈ ਕੇ ਅਸੀਂ ਤੁਰੇ ਹਾਂ। ਜਦੋਂ ਅਜਿਹਾ ਭਰਾ ਮਾਰ ਜੰਗ ਕਰਵਾਉਣੀ ਹੋਵੇ ਇਹਨਾਂ ਨੇ ਭਾਈ ਦੇ ਨਾਲ ਭਾਈ ਲੜਾਉਣਾ ਹੋਵੇ, ਖੂਨ ਖਰਾਬਾ ਕਰਾਉਣਾ ਹੋਵੇ, ਉਹਨਾਂ ਪਿੱਛੇ ਇਹਨਾਂ ਦੇ ਛੋਟੇ ਮਨਸੂਬੇ ਹੁੰਦੇ ਆ। ਉਹ ਛੋਟਾ ਮਨਸੂਬਾ ਕੀ ਜਿਹੜਾ ਕਹਿੰਦਾ ਸੀ ਮਨ ਕੀ ਬਾਤ ਬਤਾਊਂਗਾ, ਉਹ ਮਨ ਕੀ ਬਾਤ ਤੁਹਾਡੇ ਲਈ ਤਾਂ ਤਿੰਨ ਕਾਨੂੰਨ ਹੈ ਤੇ ਉਹ ਮਨ ਕੀ ਬਾਤ ਜਿਹੜੀ ਬਹੁ ਕੌਮੀ ਕੰਪਨੀਆਂ ਨਾਲ ਕਰਕੇ ਆਇਆ ਵਿਦੇਸ਼ਾਂ ਦੇ ਵਿੱਚ। ਤੁਹਾਨੂੰ ਕਹੋਗੇ ਨਾਗਰਿਕਤਾ ਸਰਟੀਫਿਕੇਟ
ਤੇ ਉਹਨਾਂ ਸਰੂਪ ਇਕੱਠੇ ਕਰੋ ਜਿਹੜਾ ਆਸਾਮ ਦੇ ਵਿੱਚ ਇਹਨਾਂ ਨੇ ਲਾਗੂ ਕੀਤਾ। 19 ਲੱਖ ਲੋਕ ਉਹਦੇ ਵਿੱਚੋਂ ਬਾਹਰ ਰਹਿ ਗਏ ਜਿਹੜੇ ਸਬੂਤ ਨਹੀਂ ਪੇਸ਼ ਕਰ ਸਕੇ। 19 ਲੱਖ ਲੋਕ ਕਿਸੇ ਨੂੰ ਲੱਗ ਸਕਦਾ ਤੇ ਹਿੰਦੂਆਂ ਦੇ ਤਾਂ ਪੱਖ ਦੇ ਵਿੱਚ ਜਾ ਰਹੀ ਹੈ। ਆਸਾਮ ਦੇ ਵਿੱਚ ਜਾ ਕੇ ਦੇਖੋ 10 ਲੱਖ ਜਿਹੜੇ ਹਿੰਦੂ ਹੈ ਉਹ ਆਪਣੇ ਸਬੂਤ ਨਹੀਂ ਪੇਸ਼ ਕਰ ਸਕੇ। ਇਹ ਸਾਰੇ ਮਨੁੱਖਤਾ ਦੇ ਵਿਰੋਧੀ ਹੈ, ਲੋਕ ਵਿਰੋਧੀ ਹੈ, ਧਰਮਾਂ ਦਾ ਵਿਰੋਧੀ ਹੈ। ਇਹ ਕਾਨੂੰਨ ਹਰ ਗੱਜ ਲਾਗੂ ਨਹੀਂ ਹੋਣ ਵਾਲਾ। ਜਦੋਂ ਲੋਕਾਂ ਨੂੰ ਇਹ ਕਹਿਣਗੇ ਤੁਸੀਂ ਸਰਟੀਫਿਕੇਟ ਲਿਆਓ ਨਾਗਰਿਕਤਾ ਦਾ, ਅਸੀਂ ਲੈਣਾ ਦੇ ਵਿੱਚ ਲੱਗੇ ਹੋਵਾਂਗੇ। 1973 ਤੋਂ ਲੈ ਕੇ ਤੁਹਾਡੇ ਬਾਬੇ ਦਾ ਜਨਮ ਕਿੱਥੇ ਹੋਇਆ ਸੀ, ਤੁਹਾਡੀ ਦਾਦੀ ਦੇ ਮਾਂ ਦਾ ਸਰਟੀਫਿਕੇਟ ਕਿੱਥੇ ਹੈ, ਤੇਰਾ ਬਾਪ ਪਹਿਲਾਂ ਕਿੱਥੇ ਹੋਇਆ ਸੀ, ਇਹ ਕਿੰਨੇ ਸਬੂਤ ਕਿੱਥੋਂ ਲੈ ਕੇ ਆਵਾਂਗੇ। ਅਸੀਂ ਕਹਿ ਸਕਦੇ ਹਾਂ ਤੁਹਾਨੂੰ ਕਿ ਨੋਟਬੰਦੀ ਵੇਲੇ ਤਾਂ ਖੱਜਲ ਖੁਆਰੀ ਉੰਨੀ ਹੋਈ ਨਹੀਂ ਜਿੰਨੀ ਖੱਜਲ ਖੁਆਰੀ ਇਹ ਸਬੂਤ ਇਕੱਠੇ ਕਰਨ ਪਿੱਛੇ ਹੋਣੇ ਆ। ਤੇ ਜਿਹਦੇ ਕੋਲ ਸਬੂਤ ਨਾ ਹੋਇਆ, ਜਿਵੇਂ ਆਸਾਮ ਦੇ ਵਿੱਚ ਲੱਖਾਂ ਲੋਕਾਂ ਨੂੰ ਉਹ ਖੁੱਲ੍ਹੀਆਂ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ ਹੈ, ਤੇ ਜਦੋਂ ਖੁੱਲ੍ਹੀ ਜੇਲ੍ਹ ਦੇ ਵਿੱਚ ਵੀ ਉਹ ਸਬੂਤ ਕੋਰਟਾਂ 'ਚੋਂ ਹਾਰ ਗਏ, ਸਬੂਤ ਪੇਸ਼ ਨਾ ਕਰ ਸਕੇ, ਤਾਂ ਫਿਰ ਜਿਵੇਂ ਹਿਟਲਰ ਨੇ ਕਿਹਾ ਸੀ ਪਹਿਲਾਂ ਉਹਨਾਂ ਨੂੰ ਢਿੱਡੋਂ ਪੱਠੇ ਰੱਖੋ, ਉਸ ਤੋਂ ਬਾਅਦ ਉਹਨਾਂ ਨੂੰ ਗੈਸ ਚੈਂਬਰਾਂ ਦੇ ਵਿੱਚ ਲੈ ਜਾਓ ਅਤੇ ਗੈਸ ਚੈਂਬਰਾਂ ਦੇ ਵਿੱਚ ਉੱਥੇ ਲਿਜਾ ਕੇ ਮਾਰ ਦਿਓ। ਆਹ ਕੁਝ ਹਿਟਲਰ ਨੇ ਕੀਤਾ ਸੀ। ਅੱਜ ਮੋਦੀ ਹਿਟਲਰ ਦੇ ਪਦ ਕਲਮਾਂ 'ਤੇ ਚੱਲਦਾ ਹੋਇਆ ਉਸੇ ਰਾਹ 'ਤੇ ਲੱਗਿਆ ਹੋਇਆ ਕਿ ਜਿਹੜਾ ਮੁਸਲਿਮ ਭਾਈਚਾਰਾ ਇਹਨਾਂ ਨੂੰ ਇੱਥੋਂ ਰਹਿਣ ਨਹੀਂ ਦੇਣਾ। ਇਹ ਮੈਂ ਨਹੀਂ ਕਹਿੰਦਾ, ਇਹ ਬੰਗਾਲ ਦੇ ਮੁੱਖ ਮੰਤਰੀ ਨੇ ਕਿਹਾ ਕਿ 1 ਕਰੋੜ ਲੋਕਾਂ ਨੂੰ ਪਾਕਿਸਤਾਨ 'ਚ ਪਾ ਦਿਆਂਗੇ। ਇਹ ਨੇਤਾ ਇਹਨਾਂ ਦੇ ਹੋਰ ਨੁਮਾਇੰਦਿਆਂ ਨੇ ਕਿਹਾ ਕਿ ਜੇ ਕੋਈ ਮੋਦੀ ਸ਼ਾਹ ਦੇ ਵਿਰੁੱਧ ਬੋਲੂਗਾ ਧਰਤੀ ਦੇ ਵਿੱਚ ਕੱਢ ਦਿਆਂਗੇ। ਅਜੇ ਇਹ ਜਿਹੜੇ ਭੜਕਾਊ ਸ਼ਬਦ ਇਹ ਚਾਹੁੰਦੇ ਆ ਕਿ ਕਦੋਂ ਕਿਤੇ ਦੰਗੇ ਭੜਕ ਜਾਣ। ਅਤੇ ਜਿਹੜੀਆਂ ਸਟੇਟਾਂ ਨੇ ਮਤੇ ਪਾਸ ਕੀਤੇ ਹੈ ਕਿ ਅਸੀਂ ਇਹ ਕਾਨੂੰਨ ਲਾਗੂ ਨਹੀਂ ਕਰਨ ਦੇਵਾਂਗੇ, ਉੱਥੇ ਦੰਗੇ ਕਰਵਾਉਣਗੇ। ਦੰਗੇ ਕਰਵਾਉਣ ਤੋਂ ਬਾਅਦ ਉੱਥੇ ਗਵਰਨਰ ਲਾਗੂ ਕਰਕੇ ਅਤੇ ਫਿਰ ਆਪਣਾ ਕਾਨੂੰਨ ਲਾਗੂ ਕਰਾਉਣ ਜਾ ਰਹੇ ਆ। ਇਹ ਖੋਟੇ ਮਨਸੂਬੇ ਪਛਾਣਨ ਦੀ ਲੋੜ ਹੈ। ਇਹਨਾਂ ਦੀਆਂ ਨੀਤੀਆਂ RSS ਦਾ ਏਜੰਡਾ ਜਿਹੜਾ ਜਦੋਂ ਇਹ ਮੋਦੀ ਸਰਕਾਰ ਬਣੀ ਹੈ ਉਹਦੇ ਜਿਹੜਾ ਮੈਨੀਫੈਸਟੋ ਸੀ ਸਭ ਤੋਂ ਪਹਿਲੀ ਮੰਗ ਉਹਦੇ ਵਿੱਚ ਸੀ ਕਿ ਜੇ ਸਾਡੀ ਸਰਕਾਰ ਬਣਾਓਗੇ BJP ਦੀ ਤਾਂ ਧਾਰਾ 370 ਖਤਮ ਕਰਾਂਗੇ। ਦੂਜੀ ਮੰਗ ਜੇ ਸਾਡੀ ਸਰਕਾਰ ਬਣਾਉਂਦੇ ਉਹ ਮਸਜਿਦ ਢਾ ਕੇ ਉੱਥੇ ਰਾਮ ਮੰਦਰ ਬਣਾਵਾਂਗੇ। ਅਤੇ ਤੀਜੀ ਮੰਗ ਕਿ ਜਿਹੜਾ 3 ਤਲਾਕ ਹੈ ਉਹ ਕਾਨੂੰਨ ਲਾਗੂ ਕਰਵਾਵਾਂਗੇ। ਉਹ 3 ਦੇ ਵਿੱਚ ਸਫਲ ਹੋ ਚੁੱਕੇ ਹੈ। ਹਾਈ ਕੋਰਟ ਦੀ ਬਾਂਹ ਮਰੋੜ ਕੇ ਸੁਪਰੀਮ ਕੋਰਟ ਦੀ ਉਹਨਾਂ ਤੋਂ ਫੈਸਲਾ ਕਰਵਾ ਲਿਆ ਕਿ ਉੱਥੇ ਮਸਜਿਦ ਨਹੀਂ ਬਣੂਗੀ, ਉੱਥੇ ਰਾਮ ਮੰਦਰ ਬਣੂਗਾ। ਇਹ ਲੋਕਾਂ ਨੂੰ ਆਪਦੇ ਪੱਖ 'ਚ ਕਰ ਲਿਆ। ਧਾਰਾ 370 ਹਟਾ ਕੇ ਕਸ਼ਮੀਰ ਨੂੰ ਜੇਲ੍ਹ ਬਣਾ ਕੇ ਲੋਕਾਂ 'ਤੇ ਜ਼ਬਰ ਕਰਕੇ ਉਹ ਤੋੜ ਦਿੱਤਾ। ਜਿਹੜਾ ਬੰਦਾ ਵੱਖਰਾ ਸੀਗਾ ਉਹਨਾਂ ਦਾ ਆਪਣਾ ਹੱਕ ਸੀਗਾ ਉਹਨਾਂ ਦਾ ਉਹ ਖਤਮ ਕਰ ਦਿੱਤਾ। 3 ਤਲਾਕ ਪਹਿਲਾਂ ਕਾਨੂੰਨ ਬਣਾ ਦਿੱਤਾ, ਹੁਣ ਇੱਕੋ ਹੀ ਰਹਿ ਗਿਆ ਕਿ ਮੁਸਲਮਾਨਾਂ ਨੂੰ ਕਦੋਂ ਕੱਢਣਾ। ਇਹ ਗੱਲ ਏਜੰਡੇ 'ਤੇ ਲੈ ਕੇ ਆਇਆ ਮੋਦੀ ਅਤੇ ਸ਼ਾਹ, ਇਸ ਕਰਕੇ 3 ਕਾਨੂੰਨ ਲੈ ਕੇ ਆ ਰਹੇ ਹੈ। ਅਗਰ ਜੇ ਤੁਸੀਂ ਨਾ ਉੱਥੇ
ਤਾਂ ਫਿਰ ਇਹਨਾਂ ਨੇ ਲਾਗੂ ਕਰ ਦੇਣੇ ਹੈ। ਪਰ ਮੋਦੀ ਸ਼ਾਹ ਦਾ ਭੁਲੇਖਾ ਇਹ ਚੋਰਾ ਕਰੀ ਨਾ ਕਿਲਾ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਵਾਂਗੇ। ਅੱਜ ਫਿਰ ਅਸੀਂ ਇਹ ਨਾਰਾ ਦਿੰਦੇ ਹਾਂ ਕਿ ਇੱਕ ਹੁਸੈਨ ਬਾਗ ਨਹੀਂ, ਹਰ ਸ਼ਹਿਰ ਹਰ ਪਿੰਡ ਹਰ ਜ਼ਿਲ੍ਹੇ ਨੂੰ ਸ਼ਹੀਨ ਬਾਗ ਬਣਾ ਦੇਵਾਂਗੇ ਅਤੇ ਇਹਨਾਂ ਦੇ ਜਿਹੜੇ ਸੁਪਨੇ ਹੈ ਉਹ ਚੱਕਣਾ ਚੂਰ ਕਰਾਂਗੇ, ਲੜਾਂਗੇ ਔਰ ਜਿੱਤਾਂਗੇ। ਆਹ ਮਨਜੀਤ ਧਨੇਰ ਤੁਹਾਡੇ ਸਾਹਮਣੇ ਬੈਠਾ, ਲੋਕ ਕਚਹਿਰੀ ਤੋਂ ਫੈਸਲਾ ਕਰਵਾਇਆ ਸੀ ਕਿ ਝੂਠੇ ਕਤਲ ਕੇਸ ਦੇ ਵਿੱਚ ਮਨਜੀਤ ਧਨੇਰ ਨੂੰ ਉਮਰ ਕੈਦ ਸਜ਼ਾ ਕਰਕੇ ਅੰਦਰ ਭੇਜਤਾ। ਲੋਕੋ ਤੁਸੀਂ ਫੈਸਲਾ ਕਰੋ ਕਿ ਮਨਜੀਤ ਧਨੇਰ ਨੂੰ ਬਾਹਰ ਲਿਆਉਣਾ। ਲੋਕ ਅਦਾਲਤ ਨੇ ਹੱਥ ਖੜੇ ਕਰਕੇ ਫੈਸਲਾ ਕੀਤਾ ਕਿ ਹਾਂ ਲੈ ਕੇ ਆਵਾਂਗੇ। 54 ਦਿਨਾਂ ਬਾਅਦ ਆ ਬੈਠਾ ਮਨਜੀਤ ਧਨੇਰ। ਮੈਂ ਤੁਹਾਨੂੰ ਹੱਥ ਪਰੇ ਕਰਾਉਣਾ ਚਾਹੁੰਦਾ ਕਿ ਕੀ ਇਹ ਕਾਨੂੰਨਾਂ ਨੂੰ ਦੁਰਫਿੱਟੇ ਨੂੰ ਕਰੋਗੇ ਤਾਂ ਹੱਥ ਖੜੇ ਕਰਕੇ ਦੱਸੋ ਕਿ ਲਾਗੂ ਨਹੀਂ ਹੋਣ ਦੇਵਾਂਗੇ। ਧੰਨਵਾਦ। ਭਾਈ ਭਾਈ ਨਾਲ ਲੜਨ ਨਹੀਂ ਦੇਣਾ। ਆਵਾਜ਼ ਘਾਟਾ ਸੰਨ 47 ਬੰਨ ਨਹੀਂ ਦੇਣਾ ਦੋਵੇਂ ਮੁੱਕੇ ਤਾਣ ਕੇ। ਇੱਥੋਂ ਦੀ ਆਵਾਜ਼ ਦਾ ਕਰੰਟ ਕਿੱਥੇ ਲੱਗੇ? ਭਾਈ ਭਾਈ ਨਾਲ ਲੜਨ ਨਹੀਂ ਦੇਣਾ। ਭਾਈ ਭਾਈ ਨਾਲ ਲੜਨ ਨਹੀਂ ਦੇਣਾ। ਹਿੰਦੂ ਮੁਸਲਿਮ ਸਿੱਖ ਈਸਾਈ, ਹਿੰਦੂ ਮੁਸਲਿਮ ਸਿੱਖ ਈਸਾਈ, NRCC NPR ਰੱਦ ਕਰਾ ਕੇ ਰਹਾਂਗੇ। ਹੁਣ ਹਰਸ਼ਮੰਦਰ ਜੀ ਆਓ ਜੀ, ਜ਼ਰੂਰੀ ਐਲਾਨ ਹੈ ਜੀ। ਇੱਕ ਪਿੰਡ ਜਿਹੜਾ ਹੈਗਾ ਮੰਡਿਆਲਾ